ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਖਬਰ ਪੰਜਾਬ ਤੋਂ ਜਿੱਥੇ ਮਿਲ ਰਹੇ ਨੇ ਡੈਲਟਾ ਵੇਰੀਐਂਟ ਦੇ ਕੇਸ ਓਮਿਕਰੋਨ ਨੂੰ ਲੈ ਕੇ ਸੂਬੇ ਦੇ ਵਿੱਚ ਅਲਰਟ ਵਾਇਰਸ ਦੇ ਨਵੇਂ ਰੂਪ ਓਮਿਕਰੋਨ ਤੋਂ ਇੱਕ ਵਾਰ ਫਿਰ ਨਵੀਂ ਲਹਿਰ ਆਉਣ ਦਾ ਖਤਰਾ ਹੈ ਪੰਜਾਬ ਦੇ ਸਿਹਤ ਵਿਭਾਗ ਨੇ ਦਾਅਵਾ ਕੀਤਾ ਕਿ ਸੂਬੇ ਦੇ ਵਿੱਚ ਹੁਣ ਤੱਕ ਓਮਿਕਰੋਨ ਵੇਰੀਐਂਟ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪੰਜਾਬ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਕੋਵਿਡ-19 ਦੇ ਪਾਏ ਜਾ ਰਹੇ ਕੇਸਾਂ ਦੇ ਵਿੱਚ ਸਿਰਫ ਡੈਲਟਾ ਵੇਰੀਐਂਟ ਹੀ ਪਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਨੇ ਓਮਿਕਰੋਨ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਚੰਨੀ ਕੈਬਨਟ ਦੇ ਵੱਡੇ ਐਲਾਨ ਵਪਾਰੀਆਂ ਦੇ ਹਿੱਤ ਚ 1140 ਕਰੋੜ ਰੁਪਏ ਦੇ ਫੈਸਲਿਆਂ ਨੂੰ ਹਰੀ ਝੰਡੀ ਸੂਬੇ ਭਰ ਦੇ ਵਿੱਚ ਕਾਰੋਬਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਮੰਤਰੀ ਮੰਡਲ ਨੇ ਸਾਲ 2014-15 ਤੋਂ ਲੈ ਕੇ 17-18 ਤੱਕ 4 ਸਾਲਾਂ ਦੇ ਸੀ ਫਾਰਮ ਦੇ ਨਾਲ ਸੰਬੰਧਿਤ ਕੇਸਾਂ ਵਿੱਚੋਂ ਲਗਭਗ 1.5 ਲੱਖ ਕੇਸਾਂ ਦਾ ਮੌਲਾਂਕਨ ਤੋਂ ਮੁਕਤ ਕਰ ਦਿੱਤਾ ਇਸ ਕੈਟਾਗਰੀ ਦੇ ਅਧੀਨ ਹਰੇਕ ਸਾਲ ਹੁਣ 8500 ਦੇ ਲਗਭਗ ਕੇਸਾਂ ਦਾ ਹੀ ਮੌਲਾਂਕਨ ਹੋਵੇਗਾ ਵਪਾਰੀਆਂ ਦੇ ਪੱਕੀ ਫੈਸਲੇ ਨਾਲ ਸੂਬੇ ਦੇ ਖਜ਼ਾਨੇ ਉੱਤੇ 200 ਕਰੋੜ ਰੁਪਏ ਦਾ ਵਿੱਤੀ ਭਾਰ ਪਵੇਗਾ ਇਹ ਫੈਸਲਾ ਅੱਜ ਬਾਅਦ ਦੁਪਹਿਰ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਦੇ ਦੌਰਾਨ ਲਿਆ ਗਿਆ ਵਿਗਿਆਨ ਦਾ ਚਮਤਕਾਰ 5 ਸਾਲ ਦੀ ਬੱਚੀ ਦੇ ਸਰੀਰ ਵਿੱਚ ਧੜਕਣ ਲੱਗਾ 41 ਸਾਲਾ ਕਿਸਾਨ ਦਾ ਦਿਲ ਮੈਡੀਕਲ ਜਗਤ ਦੇ ਵਿੱਚ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਉਂਦੇ ਹਨ ਮੱਧ ਪ੍ਰਦੇਸ਼ਨ ਦੌਰ ਦੇ ਵਿੱਚੋਂ ਜਿਹੜਾ ਮਾਮਲਾ ਸਾਹਮਣੇ ਆ ਜੁਤੀ 41 ਸਾਲਾਂ ਕਿਸਾਨ ਦੇ ਮਰਨ ਉਪਰੰਤ ਅੰਗਦਾਨ ਤੋਂ ਮਿਲੇ ਦਿਲ ਨੂੰ 5 ਸਾਲ ਦੀ ਬੱਚੀ ਦੇ ਵਿੱਚ ਸਰੀਰ ਦੇ ਵਿੱਚ ਜਿਹੜਾ ਟ੍ਰਾਂਸਪਲੈਂਟ ਕੀਤਾ ਗਿਆ ਦਿਲਲੀ ਦਿਲ ਨੂੰ ਹਵਾਈ ਮਾਰਗ ਤੋਂ ਮੋਬਾਈ ਭੇਜ ਕੇ ਉੱਥੋਂ ਦੇ ਇੱਕ ਹਸਪਤਾਲ ਵਿੱਚ ਦਾਖਲ 5 ਸਾਲ ਦੀ ਬੱਚੀ ਦੇ ਸਰੀਰ ਵਿੱਚ ਟ੍ਰਾਂਸਪਲੈਂਟ ਕੀਤਾ ਗਿਆ ਹੈ ਇਹ ਬੱਚੀ ਦਿਲ ਦੀਆਂ ਗੰਭੀਰ ਬਿਮਾਰੀਆਂ ਤੋਂ ਜੂਝ ਰਹੀ ਸੀ ਕਿਸਾਨ ਦੇ ਮਰਨ ਉਪਰੰਤ ਅੰਗਦਾਨ ਤੋਂ ਉਸ ਨੂੰ ਨਵੀਂ ਜ਼ਿੰਦਗੀ ਮਿਲਣ ਦੀ ਉਮੀਦ ਹੈ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਅੱਜ ਸਿੱਧੂ ਮੂਸੇਵਾਲਾ ਦਿੱਲੀ ਚੋਂ ਜੁਆਇਨਿੰਗ ਦੇ ਚਰਚੇ ਸੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇੰਨੇ ਦਿਨੀ ਰਾਜਨੀਤੀ ਦੇ ਵਿੱਚ ਆਉਣ ਦੇ ਚਰਚੇ ਜ਼ੋਰਾਂ ਤੇ ਹਨ ਕੁਝ ਦਿਨ ਪਹਿਲਾਂ ਇਹ ਅਫਵਾਹਾਂ ਚੱਲ ਰਹੀਆਂ ਸੀ ਕਿ ਮੂਸੇਵਾਲਾ ਗਾਮੀ ਚੋਣਾਂ ਵਿੱਚ ਵਿਧਾਨ ਸਭਾ ਚੋਣਾਂ 'ਚ ਖੜਾ ਹੋ ਸਕਦਾ ਇਹਨਾਂ ਵਿਚਾਲੇ ਅਫਵਾਹਾਂ ਦੇ ਚਰਚਾ ਮੂਸੇਵਾਲਾ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੂਤਰਾਂ ਦੇ ਮੁਤਾਬਕ ਮਾਲਵਾ ਏਰੀਏ ਨਾਲ ਸੰਬੰਧ ਰੱਖਣ ਵਾਲਾ ਮੂਸੇਵਾਲਾ ਦਿੱਲੀ ਚੋਧਕਾਰਤ ਤੌਰ ਤੇ ਕਾਂਗਰਸ ਪਾਰਟੀ ਜੁਆਇਨ ਕਰ ਸਕਦਾ ਹੈ। ਭਾਜਪਾ ਦੇ ਵਿੱਚ ਸ਼ਾਮਲ ਹੋਏ ਮਨਜਿੰਦਰ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿਰਸਾ ਭਾਜਪਾ ਦੇ ਵਿੱਚ ਬਾਦਲਾ ਦੀ ਤਕੜੀ ਤੋਂ ਛਾਲ ਮਾਰ ਕੇ ਸ਼ਾਮਲ ਹੋ ਗਏ ਨੇ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਅਮਿਤ ਸ਼ਾਹ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਭਾਜਪਾ ਦਾ ਕਮਲ ਦਾ ਫੁੱਲ ਜਿਹੜਾ ਹੱਥ ਜੂ ਫੜਾਇਆ ਗਿਆ ਤੇ ਅੱਜਪਾਸ ਸਿਰਸਾ ਨੇ ਕੁਝ ਦਿਨ ਪਹਿਲਾਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ਉਹ ਨਵੀਂ ਬਣੀ ਕਮੇਟੀ 'ਚ ਕਿਸੇ ਵੀ ਅਹੁਦੇ ਤੇ ਕੰਮ ਨਹੀਂ ਕਰਨਗੇ ਉਹਨਾਂ ਨੇ ਦੱਸਿਆ ਕਿ ਨਿੱਜੀ ਕਾਰਨਾ ਕਰਕੇ ਅਸਤੀਫਾ ਦਿੱਤਾ ਹੁਣ ਕੁਝ ਦਿਨ ਬਾਅਦ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਮਨਜਿੰਦਰ ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਸਵੀਰਾਂ ਦੋਸਤੋ ਤੁਹਾਡੇ ਸਾਹਮਣੇ ਨੇ ਸਰਕਾਰੀ ਕਾਲਜਾਂ ਲਈ ਖੁਸ਼ਖਬਰੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵਜੀਫਾ ਸਕੀਮ ਲਾਗੂ ਕਰਨ ਦੀ ਦਿੱਤੀ ਪ੍ਰਵਾਨਗੀ ਦੋਸਤੋ ਵੱਡੀ ਖਬਰਾਂ ਖਬਰ ਦੇ ਵੱਲ ਰੁੱਖ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਉਚੇਰੀ ਸਿੱਖਿਆ ਦੇ ਲਈ ਮੁੱਖ ਮੰਤਰੀ ਵਜੀਫਾ ਸਕੀਮ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਇਸ ਸਕੀਮ ਦੇ ਨਾਲ ਜਿੱਥੇ ਗਰੀਬ ਵਿਦਿਆਰਥੀ ਖਾਸ ਕਰਕੇ ਜਨਰਲ ਵਰਗ ਦੇ ਹੁਨਰਵਰ ਵਿਦਿਆਰਥੀਆਂ ਨੂੰ ਮਦਦ ਮਿਲੇਗੀ ਉੱਥੇ ਹੀ ਉਚੇਰੀ ਸਿੱਖਿਆ ਦੇ ਖੇਤਰ ਜੋ ਕੁੱਲ ਦਾਖਲਾ ਅਨੁਪਾਤ ਨੂੰ ਬਿਹਤਰ ਬਣਾਉਣ 'ਚ ਵੀ ਮਦਦ ਮਿਲੇਗੀ ਇਸ ਸਕੀਮ ਦੇ ਨਾਲ ਸਾਲਾਨਾ 36.05 ਕਰੋੜ ਰੁਪਏ ਦਾ ਵਿੱਤੀ ਖਰਚਾ ਆਵੇਗਾ ਵਧਿਫੇ ਦੀ ਰਾਸ਼ੀ ਇੱਕਸਾਰ ਹੋਵੇਗੀ ਯੂਨੀਵਰਸਿਟੀ ਦੇ ਵੱਲੋਂ ਵਸੂਲੀ ਜਾਣ ਦੀ ਫੀਸ ਦੇ ਅਨੁਪਾਤ ਮੁਤਾਬਕ ਹੋਵੇਗੀ ਵਿਦਿਆਰਥੀ 60 ਫੀਸਦੀ ਤੋਂ ਵੱਧ 70 ਫੀਸਦੀ ਤੋਂ ਆ ਘੱਟ ਅੰਕ ਪ੍ਰਾਪਤ ਕਰਦਾ ਤਾਂ ਯੂਨੀਵਰਸਿਟੀ ਦੀ ਫੀਸ ਵਿੱਚ 70 ਫੀਸਦੀ ਛੋਟ ਦਿੱਤੀ ਜਾਵੇਗੀ ਪੰਜਾਬ ਕਾਂਗਰਸ ਚ ਵੱਡਾ ਕਮ ਆਸਾਨ ਨਵਜੋਤ ਸਿੱਧੂ ਨੇ ਹਾਈ ਕਮਾਂਡ ਨੂੰ ਚੋਣਾਂ ਨਾਲ ਲੜਨ ਦੀ ਦਿੱਤੀ ਧਮਕੀ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਸਿੱਧੂ ਲਗਾਤਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਹੀ ਮੁਸ਼ਕਲ ਵਧਾ ਰਹੇ ਹਨ ਸਿੱਧੂ ਨੇ ਹੁਣ ਫਿਰ ਉਸ ਦੇ ਨਜ਼ਰ ਆ ਰਹੇ ਨੇ ਆਪਣੀ ਮੰਗ ਪੂਰੀ ਨਾ ਹੋਣ ਤੇ ਉਹਨਾਂ ਨੇ ਚੋਣਾਂ ਨਾਲ ਲੜਨ ਦੀ ਧਮਕੀ ਦਿੱਤੀ ਆ ਲੁਧਿਆਣਾ ਵਿਖੇ ਵਪਾਰੀਆਂ ਦੇ ਨਾਲ ਮੁਲਾਕਾਤ ਦੇ ਦੌਰਾਨ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਆਪਣੀ ਸਰਕਾਰ ਨੂੰ ਸਾਫ਼-ਸਾਫ਼ ਕਹਿ ਦਿੱਤਾ ਹਾਈ ਕਮਾਂਡ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਮਾਡਲ ਲਾਗੂ ਨਹੀਂ ਕਰ ਦਿੱਤੀ ਤਾਂ ਉਹ ਚੋਣਾਂ ਨਹੀਂ ਲੜਨਗੇ ਇੰਨਾ ਹੀ ਨਹੀਂ ਉਨਾਂ ਨੇ ਵੀ ਸਪਸ਼ਟ ਕਰ ਦਿੱਤਾ ਕਿ ਜੇ ਅਜੇਹਾ ਨਹੀਂ ਹੁੰਦਾ ਤਾਂ ਕਿਸੇ ਵੀ ਗੱਲ ਦੀ ਉਹ ਜ਼ਿੰਮੇਵਾਰ ਨਹੀਂ ਹੋਣਗੇ ਦੱਸ ਦਈਏ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਹਮੇਸ਼ਾ ਆਪਣੀ ਪਾਰਟੀ ਦੇ ਖਿਲਾਫ ਹਰ ਵਕਤ ਬੋਲਦੇ ਨਜ਼ਰ ਆਏਦੇ ਜਿਸ ਦਾ ਕਮਿਆਜਾ ਪਾਰਟੀ ਨੂੰ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ ਸਿੱਧੂ ਨਾ ਤਾਂ ਪੰਜਾਬ ਪਣ ਵਿੱਚ ਰੈਗੂਲਰ ਪਹੁੰਚੇ ਹਾਂ ਤੇ ਨਾ ਹੀ ਮੁੱਖ ਮੰਤਰੀ ਚੰਨੀ ਦੇ ਵੱਲੋਂ ਸਦੀ ਕਿਸੇ ਮੀਟਿੰਗ ਦੇ ਵਿੱਚ ਨਜ਼ਰ ਆਉਂਦੇ ਨੇ ਦੀਨਾਨਗਰ ਪੁਲਿਸ ਨੇ ਆਰ ਡੀ ਐਕਸ ਧਮਾਕੇ ਦੀ ਵਾਰਦਾਤ ਕੀਤੀ ناکਾਮ ਆਰ ਡੀ ਐਕਸ ਡੈਟੋ ਨਿਟਰ ਅਤੇ ਹਥਿਆਰ ਸਮੇਤ ਨੌਜਵਾਨ ਗ੍ਰਿਫਤਾਰ ਦੀਨਾਨਗਰ ਪੁਲਿਸ ਨੇ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਤੇ ਪਾਣੀ ਫੇਰਦਿਆਂ ਆਰ ਡੀ ਐਕਸ ਧਮਾਕੇ ਦੀ ਇੱਕ ਵੱਡੀ ਵਾਰਦਾਤ ਨੂੰ ਨਾਕਾਮ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਆ ਪੁਲਿਸ ਨੇ ਸੂਚਨਾ ਦੇ ਆਧਾਰ ਤੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਦੀ ਨਿਸ਼ਾਨਦੇਹੀ ਤੇ 900 ਗ੍ਰਾਮ ਆਰ ਡੀ ਐਕਸ ਤਿੰਨ ਡੇਟੋਨੇਟਰ 8 ਮੀਟਰ ਤਾਰ ਇੱਕ ਪਿਸਤਲ ਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਨੇ ਐਸਐਚਓ ਮਨਦੀਪ ਸਿੰਘ ਸਲ ਗੋਤਰਾ ਦੀ ਗਵਾਈ ਵਿੱਚ ਝੰਡੇ ਕੇ ਚੱਕ ਬਾਈਪਾਸ ਤੇ ਲਾਇਗੇ ਨਾਕੇ ਦੌਰਾਨ ਸੂਚਨਾ ਦੇ ਆਧਾਰ ਤੇ ਸੁਖਵਿੰਦਰ ਉਰਫ सोनू ਪੁੱਤਰ ਸੰਤਾ ਸਿੰਘ ਵਾਸੀ ਕੱਕਾ ਥਾਣਾ ਲੋਪੋਕੇ ਜ਼ਿਲ੍ਹਾ ਅਮਰਤਸਰ ਨੂੰ ਸਵਾਰ ਗ੍ਰਿਫਤਾਰ ਕੀਤਾ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਗਰਦਾਸਪੁਰ ਵੱਲ ਗਰਦਾਸਪੁਰ ਵੱਲੋਂ ਦੀਨਾਨਗਰ ਨੂੰ ਆ ਰਿਹਾ ਸੀ ਪੁਲਿਸ ਨੂੰ ਸੂਚਨਾ ਮਿਲੀ ਕਿ ਉਕਤ ਨੌਜਵਾਨ ਦੇਸ਼ ਵਿਰੋਧੀ ਤਾਕਤਾਂ ਨਾਲ ਸੰਬੰਧ ਹਨ ਉਸ ਨੇ ਸਰਹੱਦੋਂ ਪਾਰੋਂ ਪਾਕਿਸਤਾਨ ਚੋਂ ਗੋਲਾ ਬਰੂਦ ਅਤੇ ਹਾਰ ਮੰਗਵਾਏ ਨੇ ਇਸ ਵੇਲੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਢਾਹ ਲਾਉਣ ਦੀ ਯੋਜਨਾ ਬਣਾ ਰਿਹਾ ਹੈ ਕੇਂਦਰ ਸਰਕਾਰ ਦੀ ਨਵੀਂ ਯੋਜਨਾ ਹਰ ਮਹੀਨੇ ਖਾਤੇ ਦੇ ਵਿੱਚ ਆਉਣਗੇ 3000 ਰੁਪਏ ਪਰ ਹੋਵੇਗੀ ਇਹ ਸ਼ਰਤ ਜੇਕਰ ਤੁਸੀਂ ਪੀਐਮ ਕਿਸਾਨ ਸਨਮਾਨ ਨਿਧੀ ਦੇ ਲਾਭਪਾਤਰੀ ਹੋ ਤਾਂ ਤੁਹਾਡੇ ਲਈ ਖਬਰ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਸਰਕਾਰ ਨੇ ਇਹ ਸਕੀਮ ਦੇ ਨਾਲ ਜੁੜੇ ਲੋਕਾਂ ਲਈ ਵੱਡਾ ਲਾਭ ਦੇਣ ਦੀ ਜ਼ਾਰੀ ਹੈ ਸਰਕਾਰ ਦੀ ਪ੍ਰਧਾਨ ਮੰਤਰੀ ਸ਼ਰਮ ਜੋਗੀ ਮਾਨਤਨ ਯੋਜਨਾ ਸੰਗਠਿਤ ਖੇਤਰ ਦੇ ਕਰਮਚਾਰੀਆਂ ਲਈ ਬਿਹਤਰ ਯੋਜਨਾ ਸੋਚੋਨਾ ਦੇ ਤਹਿਤ ਰੇੜੀ ਫੜੀ ਰਿਸ਼ਕਾ ਚਾਲ ਕੋ ਸਾਰੀ ਕਿਰਤੀ ਅਤੇ ਇਹ ਸੰਗਠਿਤ ਖੇਤਰ ਦੇ ਨਾਲ ਜੁੜੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕੰਮਾਂ ਦੇ ਵਿੱਚ ਲੱਗੇ ਮਜ਼ਦੂਰਾਂ ਨੂੰ ਬਟਾਪਾ ਸੁਰੱਖਿਤ ਕਰਨ ਦੇ ਵਿੱਚ ਮਦਦ ਮਿਲ ਜਾਵੇਗੀ ਇਸ ਯੋਜਨਾ ਦੇ ਤਹਿਤ ਸਿਰਫ ਦੂਰ ਪੈ ਪ੍ਰਤੀ ਦਿਨ ਦੀ ਬਚਤ ਕਰਕੇ ਤੁਸੀਂ ਸਾਲਾਨਾ 34000 ਰੁਪਏ ਦੀ ਪੈਨਸ਼ਨ ਲੈ ਸਕਦੇ ਹੋ ਮਈ 2020 ਤੋਂ ਬਾਅਦ ਨਵੰਬਰ ਤੱਕ ਭਾਰਤ ਤੋਂ ਸਭ ਤੋਂ ਘੱਟ ਕੋਵਿਡ-19 ਕੇਸ ਦਰਜ ਕੀਤੇ ਗਏ ਨੇ ਇਲਾਜ ਦੇ ਦਿਨ ਮਰੀਜ਼ਾਂ ਦੀ ਗਿਣਤੀ 547 ਤੋਂ ਬਾਅਦ 1 ਲੱਖ ਤੋਂ ਹੇਠਾਂ ਹਾਈ ਹੈ ਦਿਨ ਦੇ ਵਿੱਚ 3.1 ਲੱਖ ਲੋਕਾਂ ਦਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਸੀ ਸ਼ਾਮਾ ਪਾਈਆਂ ਗੀਤ ਦੇ ਨਾਲ ਅਰਜੰਟ ਲੋ ਨੇ Nusrat Fateh Ali Khan ਦੀ ਦਵਾਈ ਯਾਦ ਚੈਨਲ ਤੇ ਅਪਲੋਡ ਵੀਡੀਓ ਚੈੱਕ ਕਰ ਸਕਦੇ ਹੋ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੋ ਇਹਨਾਂ ਮੁੱਦਿਆਂ ਤੇ ਲੱਗੀ ਆ ਜੀ ਮੋਰ ਸੂਤਰਾਂ ਮੁਤਾਬਕ ਮੀਟਿੰਗ ਦੇ ਵਿੱਚ ਜ਼ਿਆਦਾਤਰ ਬਕਾਏ ਪਏ ਮੁੱਦਿਆਂ ਤੇ ਹੀ ਮੋਰ ਲੱਗਣ ਦੀ ਸੰਭਾਵਨਾ ਸੀ ਪਰ ਕਈ ਨਵੇਂ ਏਜੰਡੇ ਵੀ ਆ ਗਏ ਨੇ ਸਰਕਾਰੀ ਸੂਤਰਾਂ ਮੁਤਾਬਕ ਕੈਬਨਿਟ ਮੀਟਿੰਗ ਵਿੱਚ ਤਿੰਨ ਨਵੀਆਂ ਸਬ ਤਹਿਸੀਲਾ ਬਣਾਏ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਜਾਣ ਦੀ ਸੰਭਾਵਨਾ ਹੈ ਇਹ ਮੁੱਦਾ ਕਾਫੀ ਸਮੇਂ ਤੋਂ ਲਟਕ ਰਿਹਾ ਹੈ ਚੋਣਾਂ ਤੋਂ ਪਹਿਲਾਂ ਸਰਕਾਰ ਇਹ ਐਲਾਨ ਕਰਕੇ ਇਸ ਦਾ ਸਿਆਸੀ ਲੈਣ ਦਾ ਮੌਕਾ ਨਹੀਂ ਗਵਾਉਣਾ ਚਾਹੁੰਦੀ ਇਸ ਤੋਂ ਇਲਾਵਾ ਲਖੀਮਪੁਰ ਖੀਰੀਚੂ ਮਾਰੇ ਗਏ ਚਾਰ ਕਿਸਾਨਾਂ ਇੱਕ ਪੱਤਰਕਾਰ ਨੂੰ ਪੰਜਾਬ 50 ਲੱਖ ਰੁਪਏ ਦੀ ਰਾਸ਼ੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਆ ਉਹ ਜਿਹੜੀ ਰਾਸ਼ੀ ਪਹਿਲਾਂ ਦਿੱਤੀ ਜਾ ਚੁੱਕੀ ਜਿਸ ਦੀ ਪ੍ਰਵਾਨਗੀ ਬਾਕੀ ਹੈ ਪੰਜਾਬ ਵਿਧਾਨ ਸਭਾ ਚੋਣਾ ਬਣ ਸਕਦਾ ਹੈ ਨਵਾਂ ਗੱਠ ਜੋੜ ਕਾਂਗਰਸ ਅਤੇ ਆਪ ਨੂੰ ਰੋਕਣ ਲਈ ਇਕੱਠੇ ਹੋਏ ਹਨ ਕੈਪਟਨ ਤੇ ਸੁਖਬੀਰ ਪੰਜਾਬ ਵਿਧਾਨ ਸਭਾ ਚੋਣਾਂ 2022 ਚ ਕਾਂਗਰਸ ਅਤੇ ਆਪ ਵਿਰੋਧ ਸ਼੍ਰੋਮਣੀ ਅਕਾਲੀ ਦਲ ਭਾਜਪਾ ਕੈਪਟਨ ਤੇ ਬਸਪਾ ਦਾ ਸਾਂਝਾ ਗੱਠ ਜੋੜ ਦਸੰਬਰ ਦੇ ਅੰਤ ਤੱਕ ਆ ਸਕਦਾ ਹੈ ਇਹ ਚਾਰੇ ਸਿਆਸੀ ਪਾਰਟੀਆਂ ਮਿਲ ਕੇ ਕਾਂਗਰਸ ਤੇ ਆਮ ਆਦਮੀ ਦੇ ਲਈ ਵੱਡੀ ਚੁਣੌਤੀ ਬਣ ਕੇ ਸਾਹਮਣੇ ਆ ਸਕਦੀਆਂ ਨੇ ਦਿੱਲੀ ਦੇ ਸੂਤਰਾਂ ਮੁਤਾਬਕ ਜਲਦੀ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਦੀ ਪਾਰਟੀ ਨੂੰ ਹਰੀ ਚੰਡੀ ਮਿਲ ਜਾਵੇਗੀ ਉਹ ਨਵੀਂ ਪਾਰਟੀ ਪੰਜਾਬ ਦੀ ਲੋਕ ਕਾਂਗਰਸ ਦੇ ਨਾਲ ਭਾਜਪਾ ਦੇ ਨਾਲ ਅਕਾਲੀ ਦਲ ਦੇ ਨਾਲ ਤੇ ਬੀਐਸਪੀ ਨਾਲ ਗੱਠ ਜੋੜ ਕਰ ਸਕਦੇ ਨੇ ਕੈਪਟਨ ਦੀ ਚੋਣ ਰਣਨੀਤੀ ਦੇ ਮੁਤਾਬਕ ਭਾਜਪਾ ਨਾਲੋਂ ਨਾਤਾ ਤੋੜ ਚੁੱਕਿਆ ਅਕਾਲੀ ਦਲ ਨੂੰ ਮੋੜ ਭਾਜਪਾ ਦੇ ਨਾਲ ਜੋੜਿਆ ਜਾਵੇਗਾ ਬਸਪਾ ਪਹਿਲਾਂ ਹੀ ਅਕਾਲੀ ਦਲ ਦੇ ਨਾਲ ਆ ਤੇ ਕੈਪਟਨ ਵੀ ਇੱਧਰ ਇਕੱਠੇ ਹੋ ਜਾਣਗੇ ਚਾਰ ਪੰਜਾਬ ਕਾਂਗਰਸ ਤੋਂ ਸਿੱਧੂ ਮਾਡਲ ਨੂੰ ਲੈ ਕੇ ਹੰਗਾਮਾ ਰਾਹੁਲ ਗਾਂਧੀ ਨੇ ਸਿੱਧੂ ਸੀਐਮ ਚੰਨੀ ਜਾਖੜ ਅਤੇ ਹਰੀਸ਼ ਚੌਧਰੀ ਨੂੰ ਦਿੱਲੀ ਬੁਲਾਇਆ ਜਥੇਬੰਦੀ ਦੇ ਸੰਗਠਨ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਹੰਗਾਮਾ ਮਚ ਗਿਆ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਖੁਦ ਜ਼ਿਲ੍ਹਾ ਪ੍ਰਧਾਨਾਂ ਦੇ ਨਾਂ ਤਾਇਆ ਕਰਕੇ ਹਾਈ ਕਮਾਂਡ ਨੂੰ ਪੇਸ਼ ਦਿੱਤੇ ਨੇ ਜਿਸ ਕਾਰਨ ਕਾਂਗਰਸ ਤੋਂ ਕੋਝ ਵਿਧਾਇਕ ਅਤੇ ਸੀਨੀਅਰ ਆਗੂ ਨਾਰਾਜ਼ ਹੋ ਗਏ ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਸੀਐਮ ਚਰਨਜੀਤ ਚੰਨੀ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਕਰ ਤੇ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਦਿੱਲੀ ਤਲਬ ਕੀਤਾ ਹੈ ਇਹ ਤਿੰਨੇ ਨੇਤਾ ਬੁੱਧਵਾਰ ਸ਼ਾਮ ਨੂੰ ਹੀ ਦਿੱਲੀ ਪਹੁੰਚਣਗੇ ਜਿੱਥੇ ਜ਼ਿਲ੍ਹਾ ਇਕਾਈਆਂ ਤੇ ਸੰਗਠਨ ਤੇ ਅੰਤਮ ਮੋਹਰ ਲਾਈ ਜਾਵੇਗੀ। ਜੰਨੀ ਮੰਤਰੀ ਮੰਡਲ ਨੇ ਵਪਾਰੀਆਂ ਦੇ ਹਿੱਤਾਂ ਚ ਇੱਕ 11 40 ਕਰੋੜ ਰੁਪਏ ਦੇ ਫੈਸਲਿਆਂ ਨੂੰ ਦਿੱਤੀ ਪ੍ਰਵਾਨਗੀ 1140 ਕਰੋੜ ਰੁਪਏ ਦੇ ਫੈਸਲਿਆਂ ਨੂੰ ਵੱਡੀ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਪੰਜਾਬ ਨੇ ਬੇਕਾਰ ਲੋਕਾਂ ਨੂੰ ਦਿੱਤਾ ਵੱਡਾ ਤੋਹਫਾ 5-5 ਮਰਲੇ ਦੇ ਵੰਡੇ ਪਲਾਂਟ ਇਹ ਵੀ ਸ਼ੋਅ ਦੇ ਵਿੱਚ ਜਿੱਤੇ 7 ਕਰੋੜ 50 ਲੱਖ ਫਿਰ ਵੀ ਫੁੱਟ ਫੁੱਟ ਰੋਣ ਲੱਗਾ ਉਸਨੇ ਸਵਾਲ ਦਾ ਸਹੀ ਜਵਾਬ ਦਿੱਤਾ ਇਸ ਲਈ ਤੁਹਾਨੂੰ ਕਰੋੜ ਰੁਪਏ ਮਿਲ ਗਏ ਹਨ ਤੁਹਾਨੂੰ ਕਿੰਨੀ ਖੁਸ਼ੀ ਹੋਵੇਗੀ ਜਿਵੇਂ ਅਸੀਂ ਇਹ ਤੁਹਾਨੂੰ ਸੋਚਣ ਲਈ ਕਿਹਾ ਜਿਹਾ ਹੀ ਹੋਇਆ ਆਸਟ੍ਰੇਲੀਆ ਦੇ ਇੱਕ ਵਿਅਕਤੀ ਦੇ ਨਾਲ ਜਿਹੇ ਟੀਵੀ ਸ਼ੋਅ ਦੇ ਵਿੱਚ ਕਰੋੜਾਂ ਰੁਪਏ ਜਿੱਤੇ ਜਿੱਥੇ ਮਲੇਰੀਅਨ ਹੌਟ ਸੀਟ ਕਬਜ ਸ਼ੋਅ ਸੀ ਜਿਸ ਵਿੱਚ 7 ਕਰੋੜ 50 ਲੱਖ ਰੁਪਏ ਜਿੱਤੇ ਇੰਨੀ ਵੱਡੀ ਰਕਮ ਤੋਂ ਬਾਅਦ ਆਪਣੇ ਆਪ ਨੂੰ ਸੰਭਾਲ ਨਹੀਂ ਸਕਿਆ ਉੱਚੀ ਉੱਚੀ ਰੋਣ ਲੱਗ ਪਿਆ ਇਦਰੀਵਾਲ ਦੀ ਦਿੱਲੀ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਦਿੱਤੀ ਰਾਹਤ ਪੈਟਰੋਲ ਤੇ ਘਟਾਇਆ ਵੈਟ ਦਿੱਲੀ ਸਰਕਾਰ ਨੇ ਅੱਜ ਵੱਡਾ ਫੈਸਲਾ ਲਿਆ ਦਿੱਲੀ ਸਰਕਾਰ ਨੇ ਪੈਟਰੋਲ ਤੇ 8 ਰੁਪਏ ਵੈਟ ਘਟਾਇਆ ਇਹ ਦਰਾਂ ਅੱਜ ਦੀ ਰਾਤ ਤੋਂ ਲਾਗੂ ਹੋ ਜਾਣਗੀਆਂ ਦਿੱਲੀ ਸਰਕਾਰ ਨੇ ਪੈਟਰੋਲ ਤੇ ਵੈਟ ਘਟਾ ਕੇ 30% ਤੋਂ 19.40% ਕਰ ਦਿੱਤਾ ਹੈ ਕਿਸਾਨ ਅੰਦੋਲਨ ਨੂੰ ਲੈ ਕੇ ਖਬਰ ਅੱਜ ਖੇਤੀ ਕਾਨੂੰਨ ਰੱਦ ਕਰਨ ਵਾਲੇ ਕਾਗਜ਼ ਤੇ ਮੋਦੀ ਨੇ ਕੀ ਲਿਖਵਾਈ ਇਬਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਨਵੰਬਰ ਨੂੰ ਸੰਸਦ ਵਿੱਚ ਇੱਕ ਬਿੱਲ ਪਾਸ ਕਰਵਾ ਕੇ ਸਤੰਬਰ 2000 20 ਦੇ ਵਿੱਚ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਰੱਦ ਕਰ ਦਿੱਤੇ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਸਰਕਾਰ ਵੱਲੋਂ ਸੰਸਦ ਵਿੱਚ ਦਾ ਫਾਰਮੂਲਾ ਰੀਪੀਲ ਬਿੱਲ 2021 ਲਿਆਂਦਾ ਗਿਆ ਤੇ ਬਿਨਾਂ ਕਿਸੇ ਬਹਿਸ ਤੋਂ ਕੁਝ ਹੀ ਮਿੰਟਾਂ ਦੇ ਵਿੱਚ ਪਾਸ ਕਰ ਦਿੱਤਾ ਵਿਰੋਧੀ ਸੰਸਦ ਦੇ ਵਿੱਚ ਬਹਿਸ ਦੀ ਮੰਗ ਕਰ ਰਹੀ ਪਰ ਸਰਕਾਰ ਨੇ ਜਿਵੇਂ ਆਪਣੇ ਬਹੁਮਤ ਦੇ ਸਿਰ ਉੱਤੇ ਤਿੰਨ ਖੇਤੀ ਬਿੱਲ ਪਾਸ ਕਰਵਾਏ ਸੀ ਉਵੇਂ ਹੀ ਰੱਦ ਕਰਵਾ ਦਿੱਤੇ ਭਾਰਤੀਆਂ 500 ਦੇ ਕਰੀਬ ਜਥੇਬੰਦੀਆਂ ਜਿਹੜੀਆਂ ਕਿਸਾਨਾਂ ਦੀਆਂ ਦਾ ਸਾਂਝਾ ਸੰਗਠਨ ਸੰਯੁਕਤ ਕਿਸਾਨ ਮੋਰਚਾ ਕਰੀਬ 1 ਸਾਲ ਪਾਰ ਤੋਂ ਇਸ ਦਾ ਵਿਰੋਧ ਕਰ ਰਿਹਾ ਸੀ ਅਗਲੀ ਵੱਡੀ ਖਬਰ ਆ ਜੀ 15 ਦਸੰਬਰ ਤੋਂ ਸ਼ੁਰੂ ਨਹੀਂ ਹੋਣਗੀਆਂ ਅੰਤਰਰਾਸ਼ਟਰੀ ਉਡਾਨਾਂ ਓਮੀਕਰੋਨ ਦੇ ਖਤਰੇ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਜੀ 15 ਦਸੰਬਰ ਤੋਂ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕਰਨ ਦਾ ਫੈਸਲਾ ਕਾਲ ਦਿੱਤਾ ਗਿਆ ਦਰ ਅਸਲ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਕਿਹਾ ਕਿ ਉਹ ਇਸ ਬਾਰੇ ਅਜੇ ਦਿਮਾਗੀ ਤੌਰ ਤੇ ਵਿਚਾਰ ਕਰ ਰਹੇ ਨੇ ਜਲਦੀ ਹੀ ਅੰਤਰਰਾਸ਼ਟਰੀ ਯਾਤਰੀ ਉਡਾਨ ਸੇਵਾ ਮੁੜ ਤੋਂ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਵੇਗਾ ਫਲੋਰ ਦੇ ਅਖੌਤੀ ਬਾਬੇ ਨੇ ਬੱਚੀ ਨਾਲ ਟੱਪੀਆਂ ਹੱਦਾਂ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਜੀ ਵੀਡੀਓ ਵਾਇਰਲ ਫਲੋਰ ਚ ਇੱਕ ਅਖੌਤੀ ਬਾਬੇ ਦੀ ਅਸ਼ਲੀਲ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਖੌਤੀ ਬਾਬਾ ਇੱਕ ਨਵਾਲਕ ਬੱਚੀ ਦੇ ਨਾਲ ਡੇਲੇ ਅੰਦਰ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਹੇ ਸ਼ਰਮਨਾਕੜਨਾ ਬਾਰੇ ਉਕਤ ਕੌਤੀਬਾਬੇ ਦੀ ਪਤਨੀ ਵੱਲੋਂ ਤਸਦੀਕ ਕੀਤੀ ਗਈ ਵੀਡੀਓ ਵਿੱਚ ਦਿਖਾਇਆ ਗਿਆ ਕਿ ਉਸ ਦਾ ਪਤੀ ਜੋ ਕਿ ਫਲੋਰ ਦੇ ਵਿੱਚ ਪਿੰਡ ਮੋਰੋਚਾ ਇੱਕ ਧਾਰਮਿਕ ਡੇਰੇ ਦਾ ਮੁਖੀ ਹੈ ਉਹ ਇਹ ਕੰਮ ਕਰ ਰਿਹਾ ਹੈ ਓਮਿਕਰੋਨ ਵੈਰੀਐਂਟ ਦੇ ਕਾਰਨ ਮੁੜ ਬੰਦ ਹੋ ਸਕਦੇ ਨੇ ਪੰਜਾਬ ਦੇ ਸਕੂਲ ਸੋ ਕੋਰੋਨਾ ਦੀ ਤੀਸਰੀ ਲਹਿਰ ਦਾ ਡਰ ਬਣ ਚੁੱਕਾ ਜਿਸ ਕਾਰਨ 1 ਦਸੰਬਰ ਤੋਂ ਪੰਜਾਬ ਦੇ ਸਾਰੇ ਅਤੇ ਪ੍ਰਾਈਵੇਟ ਸਕੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੇ ਕੋਰੋਨਾ ਟੈਸਟ ਸ਼ੁਰੂ ਕੀਤੇ ਜਾ ਚੁੱਕੇ ਨੇ ਸੰਭਾਵਨਾਤ ਹੈ ਕਿ ਬੱਚਿਆਂ ਦੇ ਕੁਝ ਟੈਸਟ ਪੋਜ਼ਿਟਿਵ ਵੀ ਆ ਸਕਦੇ ਨੇ ਸਿੱਟੇ ਵੱਜੋਂ ਲੰਬੇ ਸਮੇਂ ਤੋਂ ਬਾਅਦ ਖੁੱਲੇ ਸਕੂਲਾਂ ਨੂੰ ਫਿਰ ਬੰਦ ਕੀਤਾ ਜਾ ਸਕਦਾ ਹੈ ਅਣਖਿੰਦੀ ਖਾਤਰ ਤੀ ਦਾ ਕਤਲ ਰਾਤੋ-ਰਾਤ ਕੀਤਾ ਸੰਸਕਾਰ ਪੁਲਿਸ ਨੇ ਕਬਜ਼ੇ ਚ ਲਈ ਅੱਧ ਸੜੀ ਲਾਸ਼ ਉਦੋਂ ਲੋਕਾਂ ਲਈ ਝੂਠੀਆਂ ਅੱਖਾਂ ਨਹੀਂ ਮਾਇਨੇ ਰੱਖਦੀ ਕਿ ਆਪਣੇ ਜਮੇਤੀ ਪੁੱਤ ਨੂੰ ਮਾਰਨ ਤੋਂ ਪਹਿਲਾਂ ਇੱਕ ਵਾਰ ਵੀ ਉਹਨਾਂ ਨੂੰ ਤਰਸਣ ਨਹੀਂ ਆਉਂਦਾ ਬਚਪਨ ਦੇ ਵਿੱਚ ਦਿੱਤਾ ਸਾਰਾ ਪਿਆਰ ਉਹਨਾਂ ਨੂੰ ਭੁੱਲ ਜਾਂਦਾ ਫਤਿਹਪੁਰ ਦੇ ਪਿੰਡ ਢਾਂਗੜ ਚੂਤੀ ਨੂੰ ਕਤਲ ਦੇਣ ਦਾ ਸਨਕਸਣੀ ਖੇਜ਼ ਮਾਮਲਾ ਸਾਹਮਣੇ ਆਇਆ ਇਸ ਤੋਂ ਬਾਅਦ ਰਾਤ ਦੇ ਹਨੇਰੇ ਚੂ ਕੁੜੀ ਦੇ ਕਤਲ ਕਰਕੇ ਸੰਸਕਾਰ ਵੀ ਕਰ ਦਿੱਤਾ ਵੱਡਾ ਚੜਕਰ ਸੋਈ ਗੈਂਸ ਹੋਈ ਮਹਿੰਗੀ ਕੀਮਤਾਂ ਨੂੰ ਕੀਤਾ ਗਿਆ ਇਹਨਾਂ ਵਾਧਾ एलपीजी सिलेंडर सस्ते होने की उम्मीद नु आज झटका लाग गया जी गैस सिलेंडर दी कीमत 100 रुपए ਤੋਂ ਮਹਿੰਗਾ ਹੋ ਗਿਆ ਹੈ ਲੋਕਾਂ ਨੂੰ ਉਮੀਦ ਸੀ ਕਿ ਅਗਲੇ ਸਾਲ ਉੱਤਰ ਪ੍ਰਦੇਸ਼ ਪੰਜਾਬ ਦੇ ਸਮੇਤ ਪੰਜ ਰਾਜਾਂ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਪੈਟਰੋਲ ਡੀਜ਼ਲ ਵਾਂਗ ਰਸੋਈ ਗੈਸ ਵੀ ਸਸਤੀ ਕਰੇਗੀ ਪਰ ਸਰਕਾਰ ਨੇ ਵੱਡਾ ਝਟਕਾ ਦਿੱਤੇ ਤਾਂ ਰਸ ਦੀ ਗੱਲ ਇਹ ਰਹੀ ਹੈ ਕਿ ਵਾਅਦਾ ਸਿਰਫ ਵਪਾਰਕ ਸਿਲੰਡਰਾਂ ਵਿੱਚ ਹੋਇਆ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਪੈਟਰੋਲੀਅਮ ਕੰਪਨੀਆਂ ਨੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਇਹ ਵਾਦਾ ਕੀਤਾ ਹੈ ਬੌਕਸਿੰਗ ਕੋਚ 14 ਸਾਲਾਂ ਲੜਕੀ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ ਵਾਜਨ ਤੋਲਣ ਦੇ ਲਈ ਕੱਪੜੇ ਉਤਾਰਨ ਲਈ ਕਹਿੰਦਾ ਸੀ ਸੋ ਗ੍ਰਿਫਤਾਰ ਕਰ ਲਿਆ ਗਿਆ ਜੀ ਵਿਦਿਆਰਥਣ ਦਾ ਰੋਪ ਹੈ ਕਿ ਉਹ ਕਟ ਅਕੈਡਮੀ ਦਾ ਕੋਚ ਵਿਵੇਕ ਜਾਦਵ ਕਦੀ ਵਜਨ ਤੋਲਣ ਲਈ ਨਗਨ ਕੀਤਾ ਤੇ ਕਦੀ ਪ੍ਰਾਈਵੇਟ ਪਾਰਟ ਨੂੰ ਗਲਤ ਤਰੀਕੇ ਨਾਲ ਟੱਚ ਕਰਦਾ ਸੀ ਸਤਿਉਨਾਵਦੀਪ ਸਿੰਘ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਅੰਜੂ ਬਾਲਾ ਨੂੰ ਸੌਂਪ ਦਿੱਤੀ ਗਈ ਹੈ ਦਿੱਲੀ ਦੇ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਕੋਚ ਨੂੰ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ ਗਿਆ ਹੈ ਮੈਚ ਖੇਡਣ ਉਲ ਜਾ ਕੇ ਗਲਤ ਤਰੀਕੇ ਨਾਲ ਛੁਆਇਆ ਸੋ ਲੜਕੀ ਦੀ ਮਾਂ ਨੇ ਥਾਣਾ ਰਾਮਾ ਮੰਡੀ ਉਪ ਚੌਂਕੀ ਵਿੱਚ ਪਹੁੰਚੀ ਜਿੱਥੇ ਪੁਲਿਸ ਨੂੰ ਦੱਸਿਆ ਕਿ ਬੇਟੀ ਦੇ ਨਾਲ ਬਦਸਲੂਕੀ ਹੋਈ ਹੈ ਮੋਗਾ ਜੋ ਪੰਜਾਬ ਪੁਲਿਸ ਦਾ ਮੁਲਾਜ਼ਮ ਗ੍ਰਿਫਤਾਰ ਪੂਰੀ ਘਟਨਾ ਜਾਣ ਕੇ ਹੋ ਜਾਵੋਗੇ ਹੈਰਾਨ ਮੋਗਾ ਪੁਲਿਸ ਨੇ ਨਸ਼ਿਆਂ ਦਾ ਤੰδα ਕਰਨ ਵਾਲਿਆਂ ਨੂੰ ਕਾਬੂ ਰੰਦੇਲੀ ਮੁਹੰਮਦ ਚਲਾਈ ਹੋਈ ਹੈ ਜਿਸ ਦੇ ਤਹਿਤ ਸੀਆਈਏ ਸਟਾਫ ਬਾਗਾ ਪੁਰਾਣਾ ਵੱਲੋਂ ਪੰਜਾਬ ਪੁਲਿਸ ਦੇ ਇੱਕ ਸਿਪਾਹੀ ਨੂੰ ਕਾਬੂ ਕਰਕੇ ਉਸ ਕੋਲੋਂ ਭਾਰੀ ਮਾਤਰਾ ਚੋਂ ਰੋਇਨ ਅਤੇ ਰਵਾਲਵਰ ਬਰਾਮਦ ਕੀਤਾ ਗਿਆ ਸੋ ਸੁਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਸੀਆਈਏ ਸਟਾਫ ਬਾਗਾ ਪੁਰਾਣਾ ਦੇ ਮੁਖ ਅਫਸਰ ਇਨਸਪੈਕਟਰ ਤਰਲੋਚਨ ਸਿੰਘ ਪੁਲਸ ਪਾਰਟੀ ਨਾਲ ਇਲਾਕੇ ਚ ਗਸ਼ਤ ਕਰ ਰਹੇ ਸਨ ਤਾਂ ਰੇਲਵੇ ਫਾਟਕਾਂ ਕੋਲੇ ਜਾ ਰਹੇ ਸਨ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਪੰਜਾਬ ਪੁਲਿਸ ਦਾ ਇੱਕ ਸਿਪਾਹੀ ਰੋਇਨ ਦੀ ਵੱਡੀ ਖੇਪ ਲੈ ਕੇ ਜਾ ਰਿਹਾ ਜਦੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਣੇ ਉਸ ਦੀ ਗੱਡੀ ਜਿਹੜੀ ਕਿ ਬਰੀਜ਼ਾ ਗੱਡੀ ਉਸਦੇ ਕੋਲੇ ਸੀ ਇੱਕ ਰਵਾਲਵਰ ਵੀ ਉਸਦੇ ਕੋਲੇ ਸੀ ਪ੍ਰਕਾਸ਼ ਸਿੰਘ ਬਾਦਲ ਇਸ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਚਰਤੇ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਰੱਖਦਾ ਜੇਕਰ ਕਿਸੇ ਸਿਆਸੀ ਪਾਰਟੀ ਨੇ ਉਮੀਦਵਾਰ ਦੇ ਐਲਾਨ ਚ ਬਾਜ਼ੀ ਮਾਰੀ ਹੈ ਤਾਂ ਉਹ ਐਸ਼ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਨਾਲ ਗੱਠ ਜੁੜ ਮਗਰੋਂ 97 20 ਸੀਟਾਂ ਦੀ ਗਿਣਤੀ ਵਿੱਚ ਅਕਾਲੀ ਦਲ ਦੇ ਹਿੱਸੇ 97 ਸੀਟਾਂ ਆਈਆਂ ਨੇ 20 ਸੀਟਾਂ ਤੇ ਬਸਪਾ ਉਮੀਦਵਾਰਾਂ ਕਾ ਉਤਾਰੇਗੀ ਅਕਾਲੀ ਦਲ ਨੇ 99 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ 8 ਸੀਟਾਂ ਬਾਕੀ ਨੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ 6000 ਤਨਖਾਹ ਤੇ 6-7 ਜਮਾਤਾਂ ਨੂੰ ਪੜਾ ਰਿਹਾ ਹਾਈ ਕੋ ਅਧਿਆਪਕ ਪੰਜਾਬ ਦੇ ਅਧਿਆਪਕਾਂ ਨੂੰ ਮੇਰਾ ਸਲਾਮ ਸੋਧਿਆ ਪੰਜਾਬ ਸਰਕਾਰ ਦੇ ਦਾਅਵਿਆਂ ਦਾ ਸੱਚ ਪਤਾ ਕਰਨ ਲਈ ਦਿੱਲੀ ਦੀ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸੋਧਿਆ ਪੰਜਾਬ ਆਏ ਉਹਨਾਂ ਨੇ ਮੁੱਖ ਮੰਤਰੀ ਚੰਨੀ ਦੇ ਵਿਧਾਨ ਸਭਾ ਹਾਲ ਘ ਚਮਕੌਰ ਸਾਹਿਬ ਦੇ ਸਕੂਲਾਂ ਦਾ ਦੌਰਾ ਕੀਤਾ ਉਹਨਾਂ ਨੇ ਕਿਹਾ ਜੀ ਸਕੂਲਾਂ ਦੀ ਬੁਰੀ ਹਾਲਤ ਹੈ ਇੱਕੋ ਇੱਕ ਅਧਿਆਪਕ 7-7 ਜਮਾਤਾਂ ਨੂੰ ਪੜਾ ਰਿਹਾ ਤੇ ਤਨਖਾਹ 6000 ਰੁਪਏ ਲੈ ਰਿਹਾ ਮੈਂ ਅਜਿਹੇ ਅਧਿਆਪਕਾਂ ਦੇ ਹੌਸਲੇ ਨੂੰ ਸਲਾਮ ਕਰਦਾ ਹਾਂ ਹਨ ਕਿ ਆ ਸਕੂਲਾਂ ਦੀ ਹਾਲਤ ਵੀ ਬੜੀ ਮਾਰੀ ਆ ਅਧਿਆਪਕ ਹਾਲਾਤਾਂ ਨਾਲ ਸਮਝੌਤਾ ਕਰਕੇ ਮਿਹਨਤ ਕਰ ਰਹੇ ਨੇ ਮੁੱਖ ਮੰਤਰੀ ਦੇ ਪਿੰਡਾਂ ਦੇ ਸਕੂਲਾਂ ਦਾ ਇਹ ਹਾਲਾ ਪਾਣੀ ਤੋਂ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਅਧਿਆਪਕ ਆਪਣੇ ਪੱਦਰ ਉੱਤੇ ਉੱਚ ਮਿਹਨਤ ਤੇ ਬੱਚਿਆਂ ਨੂੰ ਪੜਾ ਰਹੇ ਨੇ ਯੇਤੀ ਮੰਤਰੀ ਤੂਮਰ ਦਾ ਦੋ ਟੁਕ ਜਵਾਬ ਅੰਦੋਲਨ ਕਾਰਨ ਇੱਕ ਵੀ ਕਿਸਾਨ ਦੀ ਮੌਤ ਨਹੀਂ ਹੋਈ ਮਾਪਦਾ ਦੇਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਇਹਤੀ ਕਾਨੂੰਨਾਵਰੋਧ ਚੱਲ ਰਹੇ ਅੰਦੋਲਨ ਚ ਕਿਸੇ ਕਿਸਾਨ ਦੀ ਮੌਤ ਨਹੀਂ ਹੋਈ ਖੇਤੀਬਾੜੀ ਮੰਤਰੀ ਤੂਮਰ ਨੇ ਲੋਕ ਸਭਾ ਚ ਲਿਖਤੀ ਜਵਾਬ ਚ ਇਹ ਗੱਲ ਕਹੀ ਆ ਤੂਮਰ ਨੇ ਕਿਹਾ ਜੀ ਖੇਤੀਬਾੜੀ ਮੰਤਰਾਲੇ ਕੋਲ ਕਿਸਾਨਾਂ ਦੇ ਅੰਦੋਲਨ ਕਾਰਨ ਕਿਸੇ ਕਿਸਾਨ ਦੀ ਮੌਤ ਹੋਣ ਦਾ ਕੋਈ ਰਿਕਾਰਡ ਨਹੀਂ ਅਜਿਹੇ ਚ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਲੋਕ ਸਭਾ ਤੋਂ ਸਰਕਾਰ ਤੋਂ ਪੁੱਛਿਆ ਗਿਆ ਕਿ ਸਰਕਾਰ ਕੋਲ ਇਸ ਗੱਲ ਦੇ ਅੰਕੜੇ ਨੇ ਕਿ ਅੰਦੋਲਨ ਦੌਰਾਨ ਕਿੰਨੇ ਕਿਸਾਨਾਂ ਦੀ ਮੌਤ ਹੋਈ ਹੈ ਸੋ ਸਰਕਾਰ ਸ਼ਰ੍ਹਾਂ ਮੁੱਕੜ ਗਈ ਅੰਦੋਲਨ ਦੌਰਾਨ ਕਿਸਾਨਾਂ ਦੀ ਮੌਤ ਹੀ ਨਹੀਂ ਹੋਈ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਕਿੱਥੋਂ ਦੇਣਾ ਹੈ ਕੀ ਸਰਕਾਰ ਗੱਲਬਾਤ ਲਈ ਕੋਈ ਕਦਮ ਚੱਕਿਆ ਸਰਕਾਰ ਲਗਾਤਾਰ ਕਿਸਾਨਾਂ ਦੇ ਸੰਪਰਕ ਚ ਰਹੀ ਕਿਸਾਨਾਂ ਨੇ ਗੱਲਬਾਤ ਨਹੀਂ ਕੀਤੀ ਖੇਤੀਬਾੜੀ ਮੰਤਰੀ ਨੇ ਦਿੱਤਾ ਬਿਆਨ ਅੰਬਾੜਾ ਚੌਂਕੀ ਚ ਪੁਲਿਸ ਚੌਂਕੀ ਦੇ ਵਿੱਚ ਤਾਇਨਾਤ ਹੋਮਗਾਰਡ ਦੇ ਜਵਾਨ ਗੁਰਮੀਲ ਸਿੰਘ ਦੀ ਕਾਰਵਨ ਚੋਂ ਚੱਲੀ ਗੋਲੀ ਸੋ ਹੋਈ ਮੌਤ ਨਵਜੋਤ ਸਿੱਧੂ ਨਾਲ ਕਲੇਸ਼ ਦਰਮਿਆਨ ਸੁਨੀਲ ਜਾਖੜ ਦਾ ਧਮਾਕੇਦਾਰ ਟਵੀਟ ਕੀਤੀ ਵੱਡੀ ਆਖੀ ਵੱਡੀ ਗੱਲ ਸਿੱਧੂ ਨੇ ਜਦੋਂ ਤੋਂ ਜਾਖੜ ਖਿਲਾਫ ਬਿਆਨ ਦਿੱਤਾ ਸੀ ਕਿ ਸਾਬਕਾ ਪ੍ਰਦੇਸ਼ ਪ੍ਰਧਾਨ ਪੰਜਾਬ ਨਾਲ ਸੰਬੰਧਿਤ ਕਿਸੇ ਵੀ ਮੁੱਦੇ ਨੂੰ ਠਾ ਨਹੀਂ ਸਕੇ ਉਦੋਂ ਤੋਂ ਲੈ ਕੇ ਦੋਹਾਂ ਦਰਮਿਆਨ ਆਪਸੀ جنگ ਚੱਲ ਰਹੀ ਹੈ ਕਾਂਗਰਸ ਕਮੇਟੀ ਦੇ ਪ੍ਰਧਾਨ ਸਿੱਧੂ ਨੇ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਤੇ ਕਾਰਜਕਾਰੀ ਪ੍ਰਧਾਨਾਂ ਦੀ ਸੂਚੀ 12 ਦਿਨਾਂ ਤੋਂ ਹਾਈ ਕਮਾਂਡ ਨੂੰ ਭੇਜੀ ਆ ਪਰ ਉਸਤੇ ਕਿਸੇ ਨੇ ਗੌਰ ਵਿਚਾਰ ਨਹੀਂ ਕੀਤੀ ਅੱਜ ਦੁਪਹਿਰ 3 ਵਜੇ ਪੰਜਾਬ ਉਜਨ ਦੀ ਸੂਬੇ ਦੀ ਜਨਤਾ ਨੂੰ ਵੱਡਾ ਤੋਹਫਾ ਦੇਣਗੇ ਮੁੱਖ ਮੰਤਰੀ ਚਾਨੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਕਰ ਦਿੱਤਾ ਐਲਾਨ 2 ਦਸੰਬਰ ਨੂੰ 3 ਵਜੇ ਇਹ ਵੱਡਾ ਐਲਾਨ ਕਰਨਗੇ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਇੱਕ ਪੋਸਟਰ ਜਾਰੀ ਕਰਦੇ ਆਖਿਆ ਇਰਾਦਾ ਪੱਕਾ ਵਾਦਾ ਪੱਕਾ ਇਸ ਦੇ ਨਾਲ ਉਹਨਾਂ ਵੀਰਵਾਰ ਨੂੰ 3 ਵਜੇ ਇਹ ਵੱਡਾ ਐਲਾਨ ਕਰਨ ਦੀ ਗੱਲ ਆਖੀ ਹੈ ਓਮਿਕਰੋਨ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਤੇ ਅਲਰਟ ਰੋਮ ਅਤੇ ਲੰਡਨ ਤੋਂ ਆਉਣ ਵਾਲੇ ਯਾਤਰੀਆਂ ਦੀ ਰੈਪਿਡ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਜਾ ਸਕਣਗੇ ਸੋ ਇਹ ਵੱਡਾ ਕਹਿੰਦੇ ਐਲਾਨ ਕਰ ਦਿੱਤਾ ਗਿਆ ਹੈ। ਅਸ਼ੋਧੀ ਗੁਣਾਂ ਦੇ ਨਾਲ ਭਰਪੂਰ ਕਲੌਂਜੀ ਦਾ ਤੇਲ ਚਾਰ ਬਿਮਾਰੀਆਂ ਦਾ ਕਰੇਗਾ ਇਲਾਜ। ਅਸ਼ੋਧੀ ਗੁਣਾਂ ਨਾਲ ਭਰਪੂਰ ਕਲੌਂਜੀ ਦਾ ਸਿਹਤ ਸਮੱਸਿਆਵਾਂ ਦੇ ਲਈ ਇਲਾਜ ਚੁਕਾਰਗਾਰਾ ਕਲੌਂਜੀ ਕਜੇਹਾ ਮਸਾਲਾ ਹੈ ਜਿਸ ਦੇ ਸੇਵਨਾ ਯਾਦ ਅਸਤ ਠੀਕ ਰਹਿੰਦੀ ਹੈ, ਬਲੱਡ ਪ੍ਰੈਸ਼ਰ ਕੰਟਰੋਲ ਚ ਰਹਿੰਦਾ, ਸਿਰਦਰਦ, ਜੋੜਾਂ ਦੇ ਦਰਦ ਤੋਂ ਰਾਹਤ ਦਿੰਦਾ ਤੇ ਇਮਿਊਨਿਟੀ ਨੂੰ ਵੀ ਸੁਧਾਰਦਾ ਹੈ। ਮਰੀਜ਼ ਦੀ ਮੌਤ ਹੋਣ ਦੇ ਡਾਕਟਰ ਨੂੰ ਲਾਪਰਵਾਹੀ ਦਾ ਦੋਸ਼ੀ ਨਹੀਂ। ਇਹ ਰਾਇਆ ਜਾ ਸਕਦਾ ਸੁਪਰੀਮ ਕੋਰਟ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਕੋਈ ਵੀ ਡਾਕਟਰ ਆਪਣੇ ਮਰੀਜ਼ ਨੂੰ ਜੀਵਨ ਭਰ ਦਾ ਭਰੋਸਾ ਨਹੀਂ ਦੇ ਸਕਦਾ ਸਿਰਫ ਆਪਣੀ ਸਮਰੱਥਾ ਅਨੁਸਾਰ ਇਲਾਜ ਕਰਨ ਦੀ ਕੋਸ਼ਿਸ਼ ਕਰ ਸਕਦਾ ਜੇਕਰ ਕਿਸੇ ਕਾਰਨ ਮਰੀਜ਼ ਨਹੀਂ ਬੰਦਾ ਤਾਂ ਡਾਕਟਰ ਦੀ ਲਾਪਰਵਾਹੀ ਲਈ ਡਾਕਟਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਲੋਕ ਸਭਾ ਦੇ ਵਿੱਚ ਗਰਦੇ ਭਗਵੰਤ ਮਾਨ ਰੱਖੀਆਂ ਪੰਜਾਬ ਦੇ ਨੌਜਵਾਨਾਂ ਦੀਆਂ ਮੰਗਾਂ ਲੋਕ ਸਭਾ ਦੇ ਵਿੱਚ ਪੰਜਾਬ ਦੀ ਰਹਿਨਮਾਈ ਕਰਦਾ ਭਗਵੰਤ ਮਾਨ ਨੇ ਆਪਣੀਆਂ ਮੰਗਾਂ ਰੱਖੀਆਂ ਉਹਨਾਂ ਨੇ ਦੱਸਿਆ ਕਿ ਸੰਗਰੂਰ ਹਲਕੇ ਤੋਂ 4000 ਲੜਕਿਆਂ ਨੇ ਪਟਿਆਲਾ ਕੈਂਟ ਫਿਜ਼ੀਕਲ ਟੈਸਟ ਪਾਸ ਕੀਤਾ ਸੀ ਪਰ ਉਹਨਾਂ ਦੇ ਲਿਖਤੀ ਪੇਪਰ ਦੀ ਤਰੀਕ ਅੱਗੇ ਕਰ ਦਿੱਤੀ ਗਈ ਹੈ ਜਿਹੜਾ ਕਿ ਇੱਕ ਵੱਡਾ ਝੜਕਾ ਹੈ ਬਾਹਰ ਦੇ ਸੂਬਿਆਂ ਤੋਂ ਆ ਰਿਹਾ 2 ਨੰਬਰ ਦਾ ਤੰਬਾਕੂ ਲੱਖਾਂ ਦੇ ਵਿੱਚ ਕਮਾਰੇ ਨੇ ਮੋਬਾਈਲ ਵਿੰਗ ਦੇ ਅਫਸਰ ਸੋ ਬਾਹਰਲੇ ਸੂਬਿਆਂ ਤੋਂ 2 ਨੰਬਰ ਦਾ ਤੰਬਾਕੂ ਲਿਆ ਕੇ ਪੰਜਾਬ ਦੇ ਲੋਕਾਂ ਦੀ ਸਿਹਤ ਦੇ ਨਾਲ ਕਹਿੰਦੇ ਖਲਵਾੜ ਕੀਤਾ ਜਾ ਰਿਹਾ ਹੈ GST ਅਧਿਕਾਰੀਆਂ ਨੂੰ ਤਾਂ ਹੈ ਪਰ ਆਪਣੇ ਨਿੱਜੀ ਫੀਸ ਦੇ ਚੱਕਰਾਂ 'ਚ ਤੁਮ ਬਾਕੀ ਦੀ ਗੱਡੀ ਨੂੰ ਵੇਖ ਕੇ ਅੱਖਾਂ ਤੇ ਪੱਟੀ ਬੰਨ ਲੈਂਦੇ ਨੇ ਤਬਾਕੂ ਤੇ 28% ਦੀ GST ਪਰ ਜਿਵੇਂ ਇਹ ਪੰਜਾਬ ਦੀ ਸਰਹੱਦ 'ਚ ਦਾਖਲ ਹੁੰਦਾ ਦਾ ਇਸਤੇ ਕਰੀ ਤਰ੍ਹਾਂ ਦੇ ਸਸ ਲੱਗਦੇ ਨੇ ਪਰ ਕੁਝ ਵੀ ਨਹੀਂ ਹੋ ਰਿਹਾ ਧੰਨਵਾਦ